ਕੀ ਤੁਸੀਂ ਜਾਣਦੇ ਹੋ ਉਹ ਕਿਹੜੇ ਜੀਵ ਹਨ ਜਿਨ੍ਹਾਂ ਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ? ਤਿੱਤਲੀ, ਮਧੂਮੱਖੀਆਂ ਤੇ ਮੱਕੜੀ, ਇਹਨਾਂ ਦੇ ਕਿੰਨੀਆਂ ਅੱਖਾਂ ਹੁੰਦੀਆਂ ਨੇ? ਮੈਕਡੋਨਲਡ ਹਰ ਸੈਕਿੰਡ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਿੰਨੇ ਬਰਗਰ ਵੇਚਦਾ ਹੈ? ਭਾਰਤ ਦੇ ਵਿੱਚ ਕਿੰਨੇ ਲੋਕ ਹਰ ਸਾਲ ਕੁੱਤੇ ਦੇ ਵੱਢਣ ਕਾਰਨ ਮਾਰੇ ਜਾਂਦੇ ਨੇ? ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਇੱਟ ਦਾ ਵਜ਼ਨ ਕਿੰਨਾ ਹੈ? ਅਜਿਹੀ ਦਿਲਚਸਪ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਜੇਕਰ ਸਾਡੇ ਯੂਟਿਊਬ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਮੈਂ ਇੱਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿੰਦਾ ਹਾਂ। ਆਸਟ੍ਰੇਲੀਆ ਦੇ ਵਿੱਚ 1910 ਤੋਂ ਲੈ ਕੇ 1970 ਦੇ ਵਿੱਚ 1,00,000 ਤੋਂ ਜ਼ਿਆਦਾ ਆਦਿਵਾਸੀ ਬੱਚਿਆਂ ਨੂੰ ਗੋਰਿਆਂ ਦੇ ਘਰਾਂ ਵਿੱਚ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਬੱਚੇ ਕਦੇ ਵੀ ਆਪਣੇ ਅਸਲੀ ਮਾਂ ਬਾਪ ਨੂੰ ਨਹੀਂ ਮਿਲੇ। ਉਹਨਾਂ ਦੇ ਵਿੱਚੋਂ ਕਈ ਬੱਚਿਆਂ ਦੀ ਉਮਰ ਤਾਂ 2 ਸਾਲ ਤੋਂ ਵੀ ਘੱਟ ਸੀ। ਇਸ ਦਾ ਇੱਕੋ ਇੱਕ ਮਕਸਦ ਉਸ ਨਸਲ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਸੀ ਜੋ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀ ਸਨ। ਕੀਨੀਆ ਦੇ ਕੈਂਜਿਲਨ ਕਮਿਊਨਿਟੀ ਦੇ ਲੋਕ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਲੰਬੀ ਦੂਰੀ ਦੀਆਂ ਦੌੜਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ 70% ਤੋਂ ਜ਼ਿਆਦਾ ਦੌੜਾਂ ਇਹੀ ਲੋਕ ਜਿੱਤਦੇ ਨੇ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਗਾ ਸਕਦੇ ਹੋ ਕਿ ਸਾਲ 2013 ਦੇ ਵਿੱਚ ਬਰਲਿਨ ਮਹਿਲਾ ਮੈਰਾਥਨ ਦੇ ਵਿੱਚ ਇੱਥੋਂ ਦੀਆਂ ਹੀ ਔਰਤਾਂ ਨੇ ਪਹਿਲਾ, ਦੂਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਸੀ, ਜਦਕਿ ਪੁਰਸ਼ਾਂ ਦੀ ਮੈਰਾਥਨ ਦੌੜ ਦੇ ਵਿੱਚ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕਰਨ ਵਾਲੇ ਵੀ ਇਹੀ ਕਮਿਊਨਿਟੀ ਦੇ ਲੋਕ ਸਨ। ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਕਿਤਾਬ ਨੂੰ ਉਸਦੀ ਜਿਲਤ ਦੇਖ ਕੇ ਨਹੀਂ ਮਾਪਣਾ ਚਾਹੀਦਾ। ਇਹੀ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਸਟ੍ਰੇਲੀਆ ਦੇ ਇੱਕ ਬੁੱਕ ਸਟੋਰ ਨੇ ਕਿਤਾਬਾਂ 'ਤੇ ਅਜਿਹੇ ਕਵਰ ਚੜ੍ਹਾ ਦਿੱਤੇ। ਇਹਨਾਂ ਕਵਰਾਂ ਉੱਪਰ ਕਿਤਾਬ ਦਾ ਨਾਮ ਅਤੇ ਛੋਟੀ ਜਿਹੀ ਕਿਤਾਬ ਬਾਰੇ ਜਾਣਕਾਰੀ ਲਿਖੀ ਹੁੰਦੀ ਹੈ। 1964 ਦੇ ਵਿੱਚ ਪੈਰੋ ਅਤੇ ਅਰਜਨਟੀਨਾ ਦੇ ਇੱਕ ਮੈਚ ਦੇ ਦੌਰਾਨ ਰੈਫਰੀ ਦੀ ਇੱਕ ਕਾਲ 'ਤੇ ਦੰਗਾ ਭੜਕ ਗਿਆ, ਜਿਸ ਤੋਂ ਬਾਅਦ ਉੱਥੇ ਘੱਟੋ ਘੱਟ 300 ਲੋਕ ਮਾਰੇ ਗਏ ਅਤੇ 500 ਤੋਂ ਜ਼ਿਆਦਾ ਫੱਟੜ ਹੋ ਗਏ। ਮੱਕੜੀ ਤੋਂ ਲੱਗਣ ਵਾਲੇ ਡਰ ਨੂੰ ਅਰੈਕਨੋਫੋਬੀਆ ਕਹਿੰਦੇ ਨੇ। 2017 ਦੇ ਅਨੁਮਾਨ ਦੇ ਅਨੁਸਾਰ ਪੂਰੀ ਦੁਨੀਆ ਦੇ ਵਿੱਚ 3,69,00,000 ਲੋਕ HIV/AIDS ਤੋਂ ਪੀੜਿਤ ਨੇ, ਜਿਨ੍ਹਾਂ ਦੇ ਵਿੱਚੋਂ 1,80,00,000 ਬੱਚੇ ਨੇ, ਜਦਕਿ ਹਰ ਰੋਜ਼ ਇਸ ਦੇ ਲਗਭਗ 5,000 ਨਵੇਂ ਕੇਸ ਸਾਹਮਣੇ ਆਉਂਦੇ ਨੇ। ਮੱਕੜੀ ਘੋਗੇ ਅਤੇ ਝੀਂਗੇ ਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ, ਜਿਸ ਦਾ ਕਾਰਨ ਇਸ ਦੇ ਖੂਨ ਦੇ ਵਿੱਚ ਹੈਮੋਸਮੇਸੀਅਮ ਦਾ ਹੋਣਾ ਹੈ। ਇਹ ਇੱਕ ਕਾਪਰ ਦੇ ਨਾਲ ਭਰਪੂਰ ਪ੍ਰੋਟੀਨ ਹੈ। ਮੋਰਫਿਨ ਦਾ ਇਹ ਨਾਮ ਸੁਪਨਿਆਂ ਦੇ ਇੱਕ ਗ੍ਰੀਕ ਦੇਵਤਾ ਮੋਰਫੀਅਸ ਦੇ ਨਾਮ ਤੇ ਰੱਖਿਆ ਗਿਆ ਹੈ। ਹਿਟਲਰ ਨੂੰ ਯਹੂਦੀਆਂ ਦੇ ਕਤਲੇਆਮ ਲਈ ਜਾਣਿਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਹਿਟਲਰ ਨੇ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕਾ, ਇੰਗਲੈਂਡ ਅਤੇ ਹੋਰ 30 ਦੇਸ਼ਾਂ ਨੂੰ ਯਹੂਦੀਆਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਪਨਾਹ ਦੇਣ ਨੂੰ ਕਿਹਾ ਸੀ, ਪਰ ਇਹਨਾਂ ਸਾਰੇ ਦੇਸ਼ਾਂ ਨੇ ਇਸ ਗੱਲ ਲਈ ਮਨ੍ਹਾ ਕਰ ਦਿੱਤਾ। ਤਿੱਤਲੀ ਦੀਆਂ 4 ਅੱਖਾਂ ਹੁੰਦੀਆਂ ਨੇ, ਮਧੂਮੱਖੀ ਦੀਆਂ 5, ਜ਼ਿਆਦਾਤਰ ਮੱਕੜੀ ਦੀਆਂ 8 ਅੱਖਾਂ ਹੁੰਦੀਆਂ ਨੇ, ਜਦਕਿ ਕੈਟਾਪਿਲਰ ਦੀਆਂ 12 ਅੱਖਾਂ ਹੁੰਦੀਆਂ ਨੇ। ਅਨਾਰ, ਜਿਸ ਨੂੰ ਇੰਗਲਿਸ਼ ਦੇ ਵਿੱਚ ਪੋਮੀ ਗ੍ਰੈਂਟ ਕਿਹਾ ਜਾਂਦਾ ਹੈ, ਇਸ ਨੂੰ ਇਹ ਨਾਮ ਲੈਟਿਨ ਭਾਸ਼ਾ ਤੋਂ ਮਿਲਿਆ ਹੈ, ਜਿਸ ਦਾ ਅਰਥ ਹੁੰਦਾ ਹੈ ਬਹੁਤ ਸਾਰੇ ਬੀਜਾਂ ਵਾਲਾ ਸੇਬ। ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਜੋ ਤੁਸੀਂ ਨਾਮ ਅਕਸਰ ਸੁਣਦੇ ਹੋ ਉਹ ਹੈ ਫਿਨਲੈਂਡ, ਪਰ ਕੀ ਤੁਸੀਂ ਜਾਣਦੇ ਹੋ 1809 ਤੋਂ ਪਹਿਲਾਂ ਫਿਨਲੈਂਡ ਸਵੀਡਨ ਦਾ ਹਿੱਸਾ ਸੀ? ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਲਾ ਭਾਰਤ ਵਿੱਚ ਉਗਾਇਆ ਜਾਂਦਾ ਹੈ, ਪਰ ਫਿਰ ਵੀ ਭਾਰਤ ਕੇਲੇ ਦੇ ਸਭ ਤੋਂ ਵੱਡੇ ਨਿਰਯਾਤਕਾਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੈ? ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਉਹ ਆਪਣੇ ਇੱਥੇ ਪੈਦਾ ਹੋਣ ਵਾਲੇ ਕੇਲੇ ਇੱਥੇ ਹੀ ਖਾ ਲੈਂਦਾ ਹੈ। ਮੈਕਡੋਨਲਡ ਦੇ ਅਨੁਸਾਰ ਉਹ ਹਰ ਸੈਕਿੰਡ ਦੇ ਵਿੱਚ ਦੁਨੀਆ ਭਰ ਦੇ ਵਿੱਚ 75 ਤੋਂ ਜ਼ਿਆਦਾ ਬਰਗਰ ਵੇਚਦੇ ਨੇ। WHO ਦੇ ਅਨੁਸਾਰ ਦਿੱਲੀ ਦੀ ਹਵਾ ਚੀਨ ਦੇ ਬੀਜਿੰਗ ਸ਼ਹਿਰ ਦੀ ਹਵਾ ਤੋਂ ਵੀ 2 ਗੁਣਾ ਵੱਧ ਜ਼ਹਿਰੀਲੀ ਹੈ। ਟਵੈਂਡੀਲਿੰਗਸ ਅੰਗਰੇਜ਼ੀ ਦਾ ਸਭ ਤੋਂ ਵੱਡਾ ਬਿਨਾਂ ਬੋਬਲ ਵਾਲਾ ਸ਼ਬਦ ਹੈ, ਇਸ ਦਾ ਅਰਥ ਹੁੰਦਾ ਹੈ ਟਵੈਂਸ ਯਾਨੀ ਕਿ ਜੁੜਵਾ। ਇਨਸਾਨ ਦਾ ਸਰੀਰ ਜੋ ਗੈਸ ਛੱਡਦਾ ਹੈ ਉਸਦੇ ਵਿੱਚ 59% ਨਾਈਟ੍ਰੋਜਨ, 21% ਹਾਈਡਰੋਜਨ ਅਤੇ 9% ਕਾਰਬਨ ਡਾਈਆਕਸਾਈਡ, 7% ਮਿਥੇਨ ਅਤੇ 4% ਆਕਸੀਜਨ ਹੁੰਦੀ ਹੈ। 34 ਸਾਲਾਂ ਦੇ ਬ੍ਰਿਟਿਸ਼ ਆਦਮੀ ਨੇ ਆਪਣੀ ਛਿੱਕ ਨੂੰ ਰੋਕਣ ਲਈ ਆਪਣੇ ਨੱਕ ਅਤੇ ਮੂੰਹ ਨੂੰ ਬੰਦ ਕਰ ਲਿਆ, ਜਿਸ ਤੋਂ ਬਾਅਦ ਛਿੱਕ ਦੇ ਨਾਲ ਬਣੇ ਪ੍ਰੈਸ਼ਰ ਨੇ ਉਸਦੇ ਗਲੇ ਦੇ ਵਿੱਚ ਸਰਾਫ ਕਰ ਦਿੱਤਾ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਛਿੱਕ ਨੂੰ ਰੋਕਣਾ ਕਿੰਨਾ ਖਤਰਨਾਕ ਹੈ। ਜੇਕਰ ਕਿਸਮਤ ਖਰਾਬ ਹੋਈ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਹੈ। ਦੁਨੀਆ ਦੀ ਸਭ ਤੋਂ ਛੋਟੀ ਮੱਕੜੀ ਪਾਟੂ ਮਾਰਪੁਲੇਸੀ ਹੈ। ਇਸ ਦੀ ਲੰਬਾਈ 0.37 mm ਦੇ ਕਰੀਬ ਹੁੰਦੀ ਹੈ। 2004 ਦੇ ਵਿੱਚ ਹੈਰੀ ਪੋਟਰ ਦੀ ਲੇਖਿਕਾ JK ਰੋਲਿੰਸ ਨੂੰ ਦੁਨੀਆ ਦਾ ਪਹਿਲਾ ਅਰਬਪਤੀ ਲੇਖਕ ਮੰਨਿਆ ਗਿਆ। ਉਹ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਦੇ ਵਿੱਚ 1062ਵੇਂ ਸਥਾਨ 'ਤੇ ਹੈ। ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਰਿਸਰਚ ਹੋਈਆਂ ਨੇ ਉਸ ਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਸ਼ਾਰਕ ਨੂੰ ਸਭ ਤੋਂ ਜ਼ਿਆਦਾ ਖਤਰਾ ਇਨਸਾਨ ਤੋਂ ਹੈ। ਚੀਨ ਦੇ ਵਿੱਚ 1 ਵਾਰ 5 ਦਿਨਾਂ ਦੇ ਵਿੱਚ 50,000 ਤੋਂ ਜ਼ਿਆਦਾ ਕੁੱਤਿਆਂ ਨੂੰ ਮਾਰ ਦਿੱਤਾ ਗਿਆ, ਕਿਉਂਕਿ ਸ਼ਹਿਰ ਦੇ ਵਿੱਚ 3 ਮੌਤਾਂ ਕੁੱਤੇ ਦੇ ਵੱਢਣ ਕਾਰਨ ਹੋ ਗਈਆਂ ਸਨ। ਇਹਨਾਂ ਮਾਰੇ ਗਏ ਕੁੱਤਿਆਂ ਦੇ ਵਿੱਚ ਪਾਲਤੂ ਕੁੱਤੇ ਵੀ ਸ਼ਾਮਲ ਸਨ। ਇਹ ਸਭ ਕੁਝ ਸਰਕਾਰ ਦੇ ਇੱਕ ਹੁਕਮ ਤੋਂ ਬਾਅਦ ਹੋਇਆ। ਦੁਨੀਆ ਭਰ ਦੇ ਵਿੱਚ ਜਿੰਨੀਆਂ ਮੌਤਾਂ ਕੁੱਤੇ ਦੇ ਵੱਢਣ ਕਾਰਨ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ 36% ਮੌਤਾਂ ਭਾਰਤ ਵਿੱਚ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹੁੰਦੇ ਨੇ।
ਕੀ ਤੁਹਾਨੂੰ ਪਤਾ ਹੈ ਬੰਗਲਾਦੇਸ਼ ਤੇ ਭਾਰਤ ਦੇ ਵਿੱਚ ਇੱਕੋ ਜਿਹੀਆਂ ਦੋ ਕਿਹੜੀਆਂ ਸਮਾਨਤਾਵਾਂ ਹਨ? ਇਹ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਗੀਤ ਰਵਿੰਦਰ ਨਾਥ ਟੈਗੋਰ ਦੇ ਲਿਖੇ ਗਏ ਲੇਖਾਂ ਦੇ ਵਿੱਚੋਂ ਲਏ ਗਏ ਨੇ। ਉੱਥੇ ਹੀ ਇਹ ਦੋਵੇਂ ਦੇਸ਼ਾਂ ਦਾ ਰਾਸ਼ਟਰੀ ਜਾਨਵਰ ਬੰਗਾਲ ਟਾਈਗਰ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਸਪ੍ਰੀਨ ਦਵਾਈ ਬਣਾਉਣ ਵਾਲੀ ਕੰਪਨੀ ਬੇਅਰ ਇੱਕ ਟਾਈਮ ਦੇ ਵਿੱਚ ਕੱਪੜੇ ਨੂੰ ਰੰਗਣ ਦਾ ਕੰਮ ਕਰਦੀ ਸੀ। 2016 ਦੇ ਵਿੱਚ ਆਈਸਲੈਂਡ ਦੀ ਟੀਮ ਯੂਰੋ ਕੱਪ ਦੇ ਕੁਆਟਰ ਫਾਈਨਲ ਮੈਚ ਦੇ ਵਿੱਚ ਪਹੁੰਚੀ ਤਾਂ ਆਈਸਲੈਂਡ ਦੀ 10% ਆਬਾਦੀ ਫਰਾਂਸ ਮੈਚ ਦੇਖਣ ਚਲੀ ਗਈ। ਕਿ ਤੁਸੀਂ ਜਾਣਦੇ ਹੋ 1 ਲੀਟਰ ਹੀਲੀਅਮ ਦਾ ਵਜ਼ਨ 0.18 ਗ੍ਰਾਮ ਹੁੰਦਾ ਹੈ। ਹੀਲੀਅਮ ਇੱਕ ਬੇਸਵਾਦ ਰੰਗਹੀਣ ਅਤੇ ਗੰਧਹੀਣ ਗੈਸ ਹੈ। ਇਸ ਨੂੰ ਇਹ ਨਾਮ ਗ੍ਰੀਕ ਸ਼ਬਦ ਹੀਲੀਅਸ ਤੋਂ ਮਿਲਿਆ ਹੈ ਜਿਸ ਦਾ ਅਰਥ ਹੈ ਸੂਰਜ। ਜੈਪਨੀਜ਼ ਹੌਰਨਟ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਅਤੇ ਸਭ ਤੋਂ ਵੱਡੇ ਹੌਰਨਟ ਨੇ। ਇਸ ਕੀੜੇ ਦੇ ਇੱਕ ਡੰਕ ਦੇ ਨਾਲ ਇਨਸਾਨ ਦੀ ਕਿਡਨੀ ਫੇਲ ਹੋ ਸਕਦੀ ਹੈ। ਪੂਰੀ ਦੁਨੀਆ ਦੇ ਵਿੱਚ ਅੱਜ ਵੀ ਇਹ ਵਿਵਾਦ ਦਾ ਵਿਸ਼ਾ ਹੈ ਕਿ ਦੂਜੇ ਵਿਸ਼ਵ ਯੁੱਧ ਸ਼ੁਰੂ ਹੋਣ ਦਾ ਅਸਲ ਕਾਰਨ ਕੀ ਸੀ। ਕਿ ਇਹ ਕਾਰਨ 1935 ਦੇ ਵਿੱਚ ਇਥੋਪੀਆ ਦਾ ਇਟਲੀ 'ਤੇ ਹਮਲਾ, ਜਾਂ 1936 ਦਾ ਸਪੇਨ ਦਾ ਗ੍ਰਹਿ ਯੁੱਧ, ਜਾਂ ਫਿਰ 1937 ਦੇ ਵਿੱਚ ਚੀਨ ਦੇ ਉੱਪਰ ਜਾਪਾਨ ਦਾ ਹਮਲਾ, ਜਾਂ 1939 'ਚ ਜਦੋਂ ਬ੍ਰਿਟੇਨ ਅਤੇ ਫਰਾਂਸ ਨੇ ਜਰਮਨੀ ਦੇ ਉੱਪਰ ਯੁੱਧ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਵਿੱਚੋਂ ਦੂਸਰੇ ਵਿਸ਼ਵ ਯੁੱਧ ਸ਼ੁਰੂ ਹੋਣ ਦਾ ਅਸਲ ਕਾਰਨ ਕੀ ਸੀ, ਇਹ ਅੱਜ ਵੀ ਇੱਕ ਰਾਜ ਬਣਿਆ ਹੋਇਆ ਹੈ। ਸਵੀਡਨ ਦੇ ਵਿਗਿਆਨੀ ਸਵੇਂਟੇ ਆਰਚੀਨਸ ਨੇ 1896 ਦੇ ਵਿੱਚ ਇਹ ਦਾਅਵਾ ਕੀਤਾ ਸੀ ਕਿ ਫੋਸਿਲ ਫਿਊਲ ਦਾ ਇਸਤੇਮਾਲ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਹੋਏਗਾ। ਉਹ ਅਜਿਹਾ ਕਹਿਣ ਵਾਲੇ ਪਹਿਲੇ ਇਨਸਾਨ ਸਨ। ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਇੱਟ ਦਾ ਵਜ਼ਨ 250 ਕਿਲੋ ਹੈ। ਇਸ ਦੀ ਵੈਲਿਊ 6 ਮਈ 2019 ਤੱਕ $10.33 million ਅਮੈਰੀਕਨ ਡਾਲਰ ਸੀ। ਜੇਕਰ ਤੁਸੀਂ ਚੀਨ ਦੇ ਵਿੱਚ ਅਜਿਹਾ ਇੱਕ ਟੋਆ ਪੁੱਟੋ ਜਿਹੜਾ ਕਿ ਧਰਤੀ ਦੇ ਆਰ ਪਾਰ ਜਾ ਸਕੇ ਤਾਂ ਤੁਸੀਂ ਉਸ ਦੇ ਰਾਹੀਂ ਅਰਜਨਟੀਨਾ ਪਹੁੰਚ ਸਕਦੇ ਹੋ। ਇਹ ਸਨ ਜਿਸ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਦਿਲਚਸਪ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।